250 ਦੇ ਕਰੀਬ ਪਰਿਵਾਰ ਜਿਹੜਾ ਆ ਉਹ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਸਮਰਥਨ ਦੇਣ ਦਾ ਮਨ ਬਣਾਇਆ, ਕਿਉਂਕਿ ਇਹਨਾਂ ਨੇ ਵੇਖਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਔਰ ਜਿਹੜਾ ਦੇਸ਼ ਦੀ ਭਾਵਨਾ ਜਿਹੜੀ ਹੈ ਉਹ ਅਲੱਗ ਅਲੱਗ ਤਰੀਕੇ ਰਾਹੀਂ ਲੋਕਾਂ 'ਚ ਪਹੁੰਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਕੁਚਲਣ ਦਾ ਮਨ ਬਣਾ ਰੱਖਿਆ, ਕਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਹੈ, ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹਨਾਂ ਨੇ ਅੱਜ ਮਨ ਬਣਾਇਆ, ਕਿਉਂਕਿ ਪੰਜਾਬੀ ਜਿਹੜੇ ਹੈ ਇਹ ਜ਼ੁਲਮ ਦੇ ਵਿਰੁੱਧ ਖਲੋਂਦੇ ਨੇ। ਸੋ ਇਹਨਾਂ ਮਨ ਬਣਾਇਆ ਕਿ ਅਸੀਂ ਆਪਣੀ ਜਿਹੜੀ ਰਵਾਇਤੀ ਹੈ, ਸਾਡਾ ਜਿਹੜਾ ਇੱਕ ਸ਼ਿਸ਼ਟਾਚਾਰ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਹੈ, ਸੋ ਇਹਨਾਂ ਉਹ ਲੜਾਈ ਜਿਹੜਾ ਲੜਨ ਦਾ ਮਨ ਜਿਹੜਾ ਬਣਾਇਆ ਉਹਦੇ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਮਰਥਨ ਕੀਤਾ ਹੈ। ਮੈਂ ਇਹਨਾਂ ਸਾਰਿਆਂ ਦਾ ਕਾਂਗਰਸ ਪਾਰਟੀ ਚੌਂਕ 'ਤੇ ਸਵਾਗਤ ਕਰਦਾ, ਇਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਹੜੀ ਹੱਕ ਸੱਚ ਦੀ ਲੜਾਈ ਜਿਹੜੀ ਹੈ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਪਹਿਲਾਂ ਵੀ ਲੜੀ ਹੈ ਔਰ ਹੁਣ ਵੀ ਲੜਾਂਗੇ। ਔਜਲ ਸਾਹਿਬ ਕਿੰਨੇ ਪਰਿਵਾਰ ਜਿਹੜੇ ਨੇ ਸ਼ਾਮਿਲ ਹੋਏ? ਕਿ 250 ਦੇ ਕਰੀਬ ਪਰਿਵਾਰ ਹੈ। ਅਤੇ ਔਜਲ ਸਾਹਿਬ ਕੀ ਲੱਗਦਾ ਕਿੰਨਾ ਕੁ ਬਲ ਮਿਲਦਾ ਜਦੋਂ ਇਸ ਤਰ੍ਹਾਂ ਪਰਿਵਾਰ ਜੁੜਦੇ ਨੇ ਔਰ ਇਲੈਕਸ਼ਨ ਦੇ ਵਿੱਚ ਖਾਸ ਤੌਰ 'ਤੇ ਤੁਹਾਨੂੰ 7 ਸਾਲ ਹੋ ਚੁੱਕੇ ਨੇ ਫਿਰ ਵੀ ਲੋਕ ਤੁਹਾਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ, ਕਿੰਨਾ ਕੁ ਬਲ ਮਿਲਦਾ ਜੀ? ਬਲ ਬਹੁਤ ਮਿਲਦਾ, ਸਕੂਨ ਹੁੰਦਾ ਹੈ ਕੀਤੇ ਕੰਮਾਂ ਦੇ ਉੱਤੇ, ਸਕੂਨ ਹੁੰਦਾ ਹੈ ਪਾਰਟੀ ਦੀ ਸੈਕੂਲਰਿਜ਼ਮ ਸੋਚ 'ਤੇ, ਸਕੂਨ ਹੁੰਦਾ ਹੈ ਪਾਰਟੀ ਜਿਹੜੇ ਲੀਡਰਸ਼ਿਪ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਲਗਾਤਾਰ ਲੋਕ ਉਹਨੂੰ ਵੇਂਦੇ ਹੋਏ ਇੰਨਾ ਚਾਹੇ ਨੇ। ਔਰ ਸਭ ਤੋਂ ਵੱਡੀ ਗੱਲ ਸਾਰੇ ਨੌਜਵਾਨ ਨੇ, ਕਿਉਂਕਿ ਨੌਜਵਾਨਾਂ ਨੇ ਮਨ ਕੀਤਾ। ਇੱਕ ਨੌਜਵਾਨ ਜਿਹੜਾ ਹੈ ਇਹ ਕਰੀਬ 200-200, 400-400 ਸੱਜਣਾ ਮਿੱਤਰਾਂ ਦਾ ਸਾਂਝੀ ਹੁੰਦਾ ਆ, ਸੋ ਇੱਕ ਨੌਜਵਾਨ ਇਹ ਲਾ ਲਓ ਵੀ 200-200, 400-400 ਹੋ ਚੁਣਿਆ ਹੋਵੇ ਅਤੇ ਕਿੰਨਾ ਵੱਡਾ ਇਹ ਬਣ ਜਾਂਦਾ ਹੈ ਕਾਫਲਾ। ਸੋ ਧੰਨਵਾਦ। ਔਜਲਾ ਸਾਹਿਬ, ਕਈ ਰਾਜਨੀਤਿਕ ਲੀਡਰ ਤੁਹਾਡੇ ਤੇ ਤੰਜ ਵੀ ਕਰ ਰਹੇ, ਕਹਿੰਦੇ ਤੁਹਾਡੀ ਪਾਰਟੀ ਦੇ ਲੋਕ ਹੀ ਤੁਹਾਡੇ ਨਾਲ ਨਹੀਂ ਚੱਲਣ ਨੂੰ ਤਿਆਰ, ਕਿਸ ਤਰ੍ਹਾਂ ਵੇਖਦੇ ਹੋ? ਖਾਸ ਤੌਰ 'ਤੇ ਅਨਿਲ ਜੋਸ਼ੀ ਬਹੁਤ ਤੱਕ ਅਗਰੈਸਿਵ ਨਜ਼ਰ ਆ ਰਹੇ ਨੇ। ਚਲੋ ਦੇਖੋ, ਔਜਲਾ ਸਾਹਿਬ ਲਈ ਸਾਰੇ ਜਿਹੜੇ ਲੀਡਰ ਬਣਾਏ ਹੋਏ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਔਜਲੇ 'ਤੇ ਬੋਲਣਾ ਇੱਕ ਬੜੀ ਵੱਡੀ ਗੱਲ ਹੈ ਔਰ ਮਾਣ ਦੀ ਗੱਲ ਹੈ ਕਿ ਮੈਂ ਘੱਟੋ ਘੱਟ ਉਹਨਾਂ ਨੂੰ ਜੇਤੇ 'ਚ ਰਹਿੰਦਾ। ਹੁਣ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਜੇ, ਮੈਂ ਵਿਜ਼ਨ ਦੀ ਗੱਲ ਕਰਦਾ, ਮੇਰਾ ਪਹਿਲੋਂ ਕੀ ਹੱਜ ਕੀ ਹੈ, ਉਹਨਾਂ ਨੇ ਜਦੋਂ ਕੋਈ ਮਾਈਕ ਅੱਗੇ ਕਰੂਗੇ ਉਹ ਔਜਲੇ ਦੀ ਗੱਲ ਕਰਨਗੇ, ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਸੋ ਉਹਨਾਂ ਨੂੰ ਕਿਹੋ ਇਹ ਜਿਹੜੇ ਜਵਾਬ ਹੈ ਇਹ ਤੁਹਾਨੂੰ ਪਬਲਿਕ ਦੇਵੇਗੀ, ਮੈਂ ਪਬਲਿਕ ਦਾ ਜਵਾਬ ਦੇ ਹਾਂ। ਸੋ ਤੁਸੀਂ ਜੇ ਤੁਹਾਨੂੰ ਇੱਕ ਏਡੀ ਸੱਚੀ ਸੁੱਚੀ ਧਰਤੀ 'ਤੇ ਵੀ ਇਹ ਗੱਲ ਦੀ ਸਮਝ ਨਹੀਂ ਪੈਂਦੀ, ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਤੁਹਾਡੀ ਸੋਚ ਹੋਊਗੀ, ਕੀ ਤੁਸੀਂ ਕੀ ਜੇ ਸੱਚ ਹੀ ਨਹੀਂ ਬੋਲ ਸਕਦੇ ਪਬਲਿਕ ਨੂੰ ਤੁਸੀਂ ਕੀ ਦਿਓਗੇ? ਕੀ ਗੱਲ ਲੱਗਦਾ ਨੇ ਐਗਜ਼ਾਮਪਲ ਸੈੱਟ ਹੋਈ, ਸਾਰੇ ਲੀਡਰ ਇਕੱਠੇ ਸੀਗੇ ਜਦੋਂ ਪ੍ਰੈਸ ਕਾਨਫਰੰਸ ਹੋਈ, ਜਵਾਬ ਨਹੀਂ ਸੀਗਾ ਕਿ ਅਗਲਾ ਜੋਸ਼ੀ ਨੂੰ? ਦੇਖੋ ਮੈਂ ਕਹਿਣਾ ਯਾਰ ਉਹ ਕੌਣ ਹੈ, ਇੱਕ ਬੰਦੇ ਦੀ ਗੱਲ ਨਹੀਂ ਹੁੰਦੀ, ਅਸੀਂ ਪਬਲਿਕ ਦੇ ਜਵਾਬ ਦੇ ਹਾਂ, ਪਬਲਿਕ ਦੇ ਮਨ 'ਚ ਕੋਈ ਗੱਲ ਹੋਊਗੀ ਅਸੀਂ ਉਹਨੂੰ ਜਵਾਬ ਦੇ ਹਾਂ। ਉਹ ਤਾਂ ਇੱਕ ਵਿਰੋਧੀ ਪਾਰਟੀ ਦਾ ਲੀਡਰ ਹੈ ਔਰ ਉਹਨੂੰ ਝੂਠ ਬੋਲਣ ਦਾ ਉਹ ਮਾਹਰ ਹੈ, ਅਤੇ ਉਹ ਕੀ ਸਮਝਦਾ ਜਿਹੜੇ ਸਾਹਮਣੇ ਲੋਕ ਬੈਠੇ ਆ ਇਹ ਮਤਲਬ ਤੁਹਾਡੇ ਤੋਂ ਸੇਧ ਲੈਂਦੇ ਆ? ਨਾ, ਅੱਜ ਹਰ ਬੰਦੇ ਕੋਲ ਸੋਸ਼ਲ ਮੀਡੀਆ, ਹਰ ਬੰਦੇ ਕੋਲ ਬੰਦੇ ਨੂੰ ਸਮਝ ਆ। ਇਹ ਲੋਕਾਂ ਐਕਚੁਅਲੀ ਬੇਸਿਕਲੀ ਕੀ ਹੁੰਦਾ, ਜਦੋਂ ਵੀ ਫੋਨ ਸਲੋ ਹੋ ਜਾਂਦਾ ਉਹਨਾਂ ਨੂੰ ਆਪਾਂ ਅਪਡੇਟ ਕਰਾਉਂਦੇ ਹਾਂ ਐਪ ਡਾਊਨਲੋਡ ਕਰਕੇ, ਇਹ ਬੇਸਿਕਲੀ ਰਾਜਨੀਤੀ 'ਚ ਅਪਡੇਟ ਹੋਣ ਵਾਲੇ ਨੇ, ਇਸੇ ਕਰਕੇ ਉੱਥੇ ਦੇ ਉੱਥੇ ਖੜ੍ਹੇ ਨੇ ਜਿੱਥੇ ਅੱਜ ਤੋਂ ਪਹਿਲਾਂ 15 ਸਾਲ ਸੀ। ਸੋ ਇਹਨਾਂ ਨੂੰ 4 ਇਲੈਕਸ਼ਨਾਂ ਇਹ ਹਾਰ ਚੁੱਕੇ ਆ, ਹੁਣ 5ਵੀਂ ਆਏ ਆ, ਇਹੋ ਗੱਲਾਂ ਇਹ ਉਦੋਂ ਕਰਦੇ ਆ, ਇਹੋ ਗੱਲਾਂ ਇਹਨਾਂ ਦੀ ਮਤਲਬ ਹੰਕਾਰ ਜਿਹੜਾ ਉਦੋਂ ਵੀ ਦੇਖਦਾ ਆ, ਅੱਜ ਵੀ ਉੱਥੇ ਹੀ ਆ। ਸੋ ਇਹਨਾਂ ਨੂੰ ਅਪਡੇਟ ਹੋਣ ਦੀ ਲੋੜ ਹੈ। ਇਹ ਨਾਲੇ ਮਤਲਬ ਜਿਹੜਾ ਜਿਹੜਾ ਸ਼ਹਿਰ ਹੈ ਇਹ ਬੜਾ ਪਵਿੱਤਰ ਸ਼ਹਿਰ ਹੈ, ਇੱਥੇ ਜਿਹੜਾ ਬੰਦਾ ਵੀ ਰਾਜਨੀਤੀ ਕਰਦਾ ਨਾ ਉਹਨੂੰ ਉਹਦੇ ਨਾਲ ਇੱਕ ਠੰਡੀ ਛਾਂ ਆਉਣ ਦੀ ਲੋਕਾਂ ਨੂੰ ਉਮੀਦ ਹੋਣੀ ਚਾਹੀਦੀ ਆ, ਉਹਦੇ ਵੱਲੋਂ ਕੋਈ ਕੰਡੇ ਵਾਲੀ ਮਤਲਬ ਭਾਸ਼ਾ ਨਹੀਂ ਹੋਣੀ ਚਾਹੀਦੀ। ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਨਵਜੋਤ ਸਿੰਘ ਸਿੱਧੂ ਵੀ ਉਤਰਨ ਵਾਲੇ ਨੇ, ਕਿੰਨਾ ਕੁ ਬਲ ਮਿਲੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਬਹੁਤ ਵੱਡੇ ਕਦ ਨਾਲ? ਵੱਡੀ ਲੀਡਰਸ਼ਿਪ ਜਦੋਂ ਵੀ ਆਉਂਦੀ ਹੈ ਉਹਦਾ ਸਾਰਿਆਂ ਦੇ ਵਿੱਚ ਮਤਲਬ ਜਿਹੜਾ ਬਲ ਆ ਉਹ ਪਬਲਿਕ, ਆਮ ਪਬਲਿਕ 'ਚ, ਵਰਕਰ 'ਚ ਵੀ ਔਰ ਜਿਹੜਾ ਉਮੀਦਵਾਰ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੁੰਦੀ। ਸੋ ਅੱਛੀ ਗੱਲ ਹੈ, ਸਾਰੇ ਹੁਣ ਕੱਲ੍ਹ ਵੀ ਤੁਰ ਚੱਲੇ ਨੇ ਔਰ ਪ੍ਰੈਸ ਕਾਨਫਰੰਸ ਵੀ ਹੋਈ ਹੈ ਔਰ ਸਿੱਧੂ ਸਾਹਿਬ ਵੀ ਇੱਕ ਅੱਧੇ ਦਿਨ 'ਚ ਆ ਰਹੇ ਨੇ, ਸੋ ਉਹਦੇ ਨਾਲ ਵੱਡਾ ਬਲ ਮਿਲੇਗਾ।